सहसा सगल मिटाया
चित्त पार ब्रह्म चित आया सो कर दैव साया सुख सागर गुर पाया ता सहसा सगल मिटाया हर के नाम की वड्याई आठ पहर गुण गाई गुर पूरे ते पाई रहाओ प्रभ की अकथ कहानी जन बोले अमृत बाणी नानक दास वखाणी गुर पूरे ते जानी प्रभ की अकथ कहानी जन बोले अमृत बाणी नानक दास वखाणी गुर Yeah.
Yeah.
ਜਦੋਂ ਬੰਦਾ ਥੱਕ ਹਾਰ ਜਾਂਦਾ ਹੈ ਨਾ, ਰੱਖ
परमात्मा
ਕੁਦਰਤੀ ਹੈ। ਬੜੇ ਆਪਾਂ ਦੇਖਦੇ ਹਾਂ ਕਈ ਇਨਸਾਨ ਬੜੇ ਜੀਵਨ 'ਚ ਬੋਲਡ ਹੁੰਦੇ ਨੇ, ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਪਲ ਆ ਜਾਵੇ ਅਤੇ ਕਈ ਕਈ ਬਹੁਤ ਹੀ ਆਲੇ ਭੋਲੇ ਖੁਸ਼ੀ ਨਾਲ ਫੁੱਲੇ ਨਹੀਂ ਸਨ, ਬੜਾ ਚਾਅ ਚੜ ਜਾਂਦਾ, ਬਹੁਤ ਹੀ ਚਾਅ ਚੜ ਜਾਂਦਾ ਅਤੇ ਕਈ ਰਿਜ਼ਰਵ ਨੇਚਰ ਦੇ ਹੁੰਦੇ ਨੇ, ਰਿਜ਼ਰਵ ਰਹਿੰਦੇ। ਕਿਉਂ? ਉਹਨਾਂ ਨੂੰ ਪਤਾ ਲੱਗ ਜਾਂਦਾ ਸੱਚ ਦਾ ਗਿਆਨ ਵੀ ਜੇ ਅੱਜ ਇਹ ਘੜੀਆਂ ਪਾਤਸ਼ਾਹ ਨੇ ਬਖਸ਼ੀਆਂ ਉਹਦੇ ਸ਼ੁਕਰਾਨੇ 'ਚ ਜ਼ਰੂਰੀ। ਲੋੜ ਤੋਂ ਜ਼ਿਆਦਾ ਸਾਨੂੰ ਐਕਸਾਈਟਮੈਂਟ ਦੀ ਲੋੜ ਨਹੀਂ, ਉਤੇਜਿਤ ਹੋਣ ਦੀ ਲੋੜ ਨਹੀਂ। ਅਤੇ ਕਈ ਜਦੋਂ ਕੋਈ ਵੇਲਾ ਇਹੋ ਜਿਹਾ ਆ ਜਾਂਦਾ, ਦੁਨਿਆਵੀ ਕੋਈ ਸੋਗ ਦੀਆਂ ਘੜੀਆਂ ਸਾਹਮਣੇ ਆ ਜਾਂਦੀਆਂ ਨੇ ਤਾਂ ਬਹੁਤ ਜ਼ਿਆਦਾ ਫਿਰ ਵਿਲਾਪ ਕਰ, ਕਿਉਂਕਿ ਅਸੀਂ ਸੱਚ 'ਤੇ ਕਿਤੇ ਉਹ ਸਤਿਗੁਰੂ ਜੀ ਦੇ ਉਹਨਾਂ ਵਚਨਾਂ 'ਤੇ ਕਿਤੇ ਪਹਿਰਾ ਦੇਣ ਦੇ ਵਿੱਚ ਕਮਜ਼ੋਰ ਹੋ ਜਾਂਦੇ। ਅਸੀਂ ਇਹ ਸਮਝ ਲੈਂਦੇ ਹਾਂ ਵੀ ਦੁਨੀਆਂ ਦਾ ਸੱਚ ਅਤੇ ਝੂਠ ਇੱਥੇ ਹੀ ਹੈ, ਇਹੀ ਅਸਲ ਖੁਸ਼ੀਆਂ ਨੇ ਅਤੇ ਇਹੀ ਅਸਲ ਗਮ ਨੇ। ਜਦੋਂ ਤੱਕ ਇਨਸਾਨ ਨੂੰ ਅਸਲ ਸੱਚ ਨਹੀਂ ਪਤਾ ਲੱਗੇਗਾ ਅਸਲ ਖੁਸ਼ੀ ਕੀ ਹੈ ਅਤੇ ਉਦੋਂ ਤੱਕ ਗੱਲ ਨਹੀਂ ਬਣਦੀ। ਮੈਨੂੰ ਮਾਫ਼ ਕਰਦੇ ਜੀ, ਆਪਾਂ ਅੱਜ ਵਿਛੜੀ ਆਤਮਾ ਦੀ ਯਾਦ 'ਚ ਜੁੜ ਬੈਠੇ। ਇੱਕ ਮੈਂ ਪ੍ਰਮਾਣ ਦੇਣਾ ਚਾਹੁੰਦਾ ਤੁਹਾਨੂੰ, ਅੱਜ ਘਰ ਪਰਿਵਾਰ ਦੇ ਵਿੱਚ ਕਿਤੇ ਕੋਈ ਵੀ ਵਿਹੜਾ ਐਸਾ ਆਉਂਦਾ ਕਿ ਜਦੋਂ ਇਨਸਾਨ ਸਤਿਗੁਰੂ ਜੀ ਦੇ ਸ਼ੁਕਰਾਨੇ 'ਚ ਜੁੜਦਾ ਹੈ, ਭਾਵਨਾ ਰੱਖਦਾ ਹੈ ਖੁਸ਼ੀ, ਅੰਦਰ ਇੱਕ ਚਾਅ ਚੜ੍ਹਦਾ ਅਤੇ ਜਦੋਂ ਰਾਗੀ ਜਥਾ ਕੀਰਤਨੀਆਂ ਬਹਿੰਦੇ ਨੇ ਨਾ ਅਤੇ ਪਰਿਵਾਰ ਦੀ ਪਹਿਲੀ ਬੇਨਤੀ ਹੁੰਦੀ ਹੈ, ਪਹਿਲਾ ਹੁਕਮ ਹੁੰਦਾ ਭਾਈ ਸਾਹਿਬ ਲੱਖ ਖੁਸ਼ੀਆਂ ਪਾਤਸ਼ਾਹੀਆਂ ਜ਼ਰੂਰ ਲਾਏ, ਆਪਾਂ ਸਾਰੇ ਪਰਿਵਾਰ 'ਚ ਬੈਠੇ ਹਾਂ ਕਹਿ ਕੇ ਲਵਾਉਂਦੇ। ਪਰ ਥੋੜ੍ਹਾ ਜਿਹਾ ਇਹਨਾਂ ਪੰਕਤੀਆਂ ਨੂੰ ਵਿਚਾਰੋ, ਸਤਿਗੁਰ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹਦਾ ਭਾਵ ਵੀ ਜੇ ਉਹਦੀ ਨਿਗਾਹ ਆ ਜਾਵੇ, ਉਹਦੀ ਨਿਗਾਹ ਆ ਜਾਵੇ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੁਹਾਨੂੰ ਮਿਲਦੀਆਂ। ਅੱਗੋਂ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਕਰ। ਭਾਵ ਕੀ ਹੈ? ਖੁਸ਼ੀਆਂ ਉਦੋਂ ਹੀ ਨੇ, ਆਤਮਕ ਖੁਸ਼ੀਆਂ ਦੀ ਗੱਲ ਇੱਥੇ ਕੀਤੀ ਹੈ ਪਾਤਸ਼ਾਹ। ਠੀਕ ਹੈ, ਆਪਾਂ ਦੁਨਿਆਵੀ ਤੌਰ 'ਤੇ ਜੋੜ ਲੈਂਦੇ ਹਾਂ ਸ਼ਬਦਾਂ ਨੂੰ ਆਪਣੇ ਨਾਲ, ਕੋਈ ਮਾੜੀ ਗੱਲ ਨਹੀਂ, ਪਰ ਅਸਲ ਕੀ ਕਿਹਾ ਮਹਾਰਾਜ ਨੇ, ਉਹਦੀ ਮਿਹਰਾਮਤ ਹੋਣੀ ਸਭ ਤੋਂ ਵੱਡੀਆਂ ਖੁਸ਼ੀਆਂ ਦੇ ਬਰਾਬਰ ਹੈ, ਉਹਦੀ ਕਿਰਪਾ ਹੋ ਜਾਣੀ ਸਭ ਤੋਂ ਵੱਡੀਆਂ ਪਾਤਸ਼ਾਹੀਆਂ ਮਿਲਣ ਦੇ ਬਰਾਬਰ ਹੈ। ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤ। ਅਤੇ ਜਦੋਂ ਕਿਰਪਾ ਦੇ ਘਰ ਦੇ ਵਿੱਚ ਆ ਜਾਂਦਾ ਹੈ ਨਾ, ਆਪਾਂ ਸ਼ੁਕਰਾਨਾ ਕਰਦੇ ਹਾਂ ਦਾਤਾਂ ਦਾ, ਅਤੇ ਅਸਲ ਕੀ ਕਹਿੰਦੇ ਮਹਾਰਾਜ? ਕਹਿੰਦੇ ਫਿਰ ਉਹ ਨਿਮਕ ਜਦੋਂ ਕਿਰਪਾ ਦੇ ਘਰ ਦੇ ਵਿੱਚ ਆ ਜਾਵੇ ਨਾ, ਫਿਰ ਨਿਮਕ ਏਕ ਹਰ ਨਾਮ ਦੇ, ਇੱਕ ਖਿਮ ਮਾਤਰ ਵੀ ਜੋ ਕਿਰਪਾ ਆਪਣੇ ਵਚਨਾਂ ਦੀ ਕਿਰਪਾ ਕਰ ਦਿੰਦਾ ਹੈ, ਇਹ ਸਿਰ ਦੇ 'ਤੇ ਮੇਰਾ ਮਨ ਤਨ ਸੀਤਲ। ਸੋ ਆਓ ਇਹ ਬਾਣੀ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਪੜ੍ਹਿਆ ਕਰ। ਅੱਜ ਕੱਲ੍ਹ ਇੰਨੀ ਕਿਰਪਾ ਹੋ ਗਈ ਹੈ, ਤੁਸੀਂ ਸਾਰੇ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਅਭਿਆਸੀ ਹੋ ਸਾਰੇ, ਫਿਰ ਇਹਨਾਂ ਨੇ ਮੋਬਾਈਲ ਦੇ ਵਿੱਚ ਐਡੀ ਕਿਰਪਾ ਕੀਤੀ, ਗੁਰਸਿੱਖਾਂ ਨੇ ਖੋਜ ਕਰਕੇ ਸਾਰੇ ਜਿਹੜੀਆਂ ਸਟੀਕਾਂ ਨੇ ਉਹ ਮੋਬਾਈਲਾਂ 'ਚ ਦਰਜ। ਕੇਵਲ ਇੱਕ ਸ਼ਬਦ ਦਿਨ ਦੇ ਵਿੱਚ, ਕੇਵਲ ਇੱਕ ਸ਼ਬਦ ਪੜ੍ਹ ਲਿੱਤੇ ਜਾਣ ਅਰਥਾਂ ਸਮੇਤ, ਅਤੇ ਮੈਂ ਸਮਝਦਾ ਆਪਣੇ ਜੋ ਕੀਰਤਨੀ ਹੈ ਕਿ ਪ੍ਰਚਾਰਕ ਦਿਨ ਪ੍ਰਤੀ ਦਿਨ ਇੱਥੇ ਖੜ੍ਹੇ ਹੋ ਜਾਣਗੇ। ਆਓ ਸਮਾਂ ਇੱਕ ਸ਼ਬਦ ਦਾ ਹੋਰ ਹੈ, ਆਪਾਂ ਸਾਰਿਆਂ ਨੇ ਜਿਹੜੇ ਸਾਰੇ ਆਪਾਂ ਜੁੜ ਬੈਠੇ ਹਾਂ, ਇੱਕ ਭਾਵਨਾ ਰੱਖ ਕੇ ਅਸੀਸ ਰੂਪੀ ਸ਼ਬਦ ਦੇਹੋ ਸੱਜਣ ਅਸੀਸਰੀਆਂ ਜੇ ਹੋਵੇ ਸਾਹਿਬ ਸ਼ਮੇਲ ਰਲ ਕੇ। ਜੋ ਹੋਵੇ ਸਾਹਿਬ ਸਿਓਮੇਲ, ਜੋ ਹੋਵੇ ਸਾਹਿਬ ਸਿਓਮੇਲ, ਜੋ ਹੋਵੇ ਸਾਹਿਬ ਸਿਓਮੇਲ, ਜੋ ਹੋਵੇ ਸਾਹਿਬ ਸਿਓਮੇਲ, ਜੋ ਹੋਵੇ ਸਾਹਿਬ ਸਿਓਮੇਲ।
Thank you.
Thank you.
खालसे जी के बोल वाले बोलो जी।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੰਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਗੁਰੂ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ, ਨਿਦਾਣਿਆਂ ਦੇ ਤਾਣ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੈ ਹਜ਼ੂਰ ਅਰਦਾਸ ਬੇਨਤੀ ਜੋਦਰੀਆ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਗਵਾਹੀ, ਘੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਦੇ ਮਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ ਸਰਦਾਰ ਤਰਲੋਚਨ ਸਿੰਘ ਜੀ ਵਾਂਗਾ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਸਦੀਵੀ ਕਾਲ ਲਈ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਹਨ, ਤਿਨ੍ਹਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕਦਿਆਂ ਪਾਵਨ ਅਸਥਾਨਾਂ ਤੇ ਪਹੁੰਚ ਕੇ ਜਵਾਨ ਸਜਾਏ ਗਏ ਸੱਜੇ ਜਵਾਨਾਂ ਅੰਦਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ, ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੇ ਜਾਪ ਕੀਤੇ ਗਏ, ਸਤਿਗੁਰੂ ਕਿਰਪਾ ਕਰਨੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ, ਅੱਗੇ ਤੋਂ ਸ਼ੁੱਧ ਸਪੱਸ਼ਟ ਬਾਣੀ ਦੇ ਜਾਪ ਕਰਨ ਦੀ ਮਾਤ ਬੁੱਧ ਸਮਰੱਥਾ ਬਖਸ਼ਣੀ, ਦਰਿਆਈ ਸੰਤ ਦੀ ਹਾਜ਼ਰੀ ਤੇ ਫੁਲ ਭੇਟਾ ਪ੍ਰਵਾਨ ਕਰਨੀ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ, ਗੁਰਮਤ ਅਨੁਸਾਰ ਸਭ ਦੀਆਂ ਭਾਵਨਾ ਸੰਪੂਰਨ ਕਰਨੀਆਂ, ਸੇਵਕ ਪਰਿਵਾਰ ਵੱਲੋਂ ਪਾਵਨ ਸਰੂਪਾਂ ਲਈ ਰੁਮਾਲਾ ਸਾਹਿਬ ਅੰਦਰ ਬੇਅੰਤ ਵਸਤੂਆਂ ਹਾਜ਼ਰ ਕੀਤੀਆਂ ਨੇ, ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਪਰਿਵਾਰ ਦੀਆਂ ਭਾਵਨਾ ਸੰਪੂਰਨ ਕਰਨੀਆਂ, ਕਾਰੋਬਾਰਾਂ 'ਚ ਤਰੱਕੀਆਂ ਬਖਸ਼ਣੀਆਂ, ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ, ਵਿਛੜੀ ਆਤਮਾ ਨੂੰ ਆਪ ਜੀ ਦੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਆਪ ਜੀ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ, ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਾਤ ਬੁੱਧ ਸਮਰੱਥਾ ਬਖਸ਼ਣੀ, ਸਰਬੱਤ ਦੇ ਕਾਰਜ ਰਾਸ ਕਰਨੇ, ਗੁਰਮਤ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ, ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਕੋ ਚਹਿ, ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲਾਂਗੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਨਸ ਕੀ ਗਤ ਇਹੀ, ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਨਸ ਕੀ ਗਤ ਇਹੀ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧੇ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ, ਸੋਏ ਸਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਰਾਲੀ ਕੰਧ ਜਲੰਦੜੀ ਮੇਰਾ ਅੰਦਰ ਖੰਡਾ, ਗੁਰ ਦਰਸ਼ਨ ਵੇਖ ਨਿਹਾਲੀ ਸਤਨਾਮ। ਵਾਹਿਗੁਰੂ ਸਾਹਿਬ ਜੀਓ, ਸੋਰਠ ਮਹਿਲਾ ਪੰਜਵਾਂ,
ਚਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਗੁਰੂ ਪਿਆਰੀ ਸਾਧ ਸੰਗਿਆ ਭਲੀ ਪ੍ਰਕਾਰ ਜਾਣਦੇ ਹੋਏ ਕਿ ਸਰਦਾਰ ਤਰਲੋਚਨ ਸਿੰਘ ਜੀ ਵਾਂਗਾ ਮਾਲਕ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਸਦੀਵੀ ਕਾਲ ਲਈ ਸਾਨੂੰ ਵਿਛੋੜਾ ਦੇ ਕੇ ਮਾਲਕ ਦੇ ਚਰਨਾਂ ਵਿੱਚ ਜਾ ਬਰਾਜੇ ਨੇ, ਤਿੰਨਾਂ ਦੇ ਨਿਮਿੱਤ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਤੱਕ ਪਾਵਣ ਸਥਾਨਾਂ 'ਤੇ ਪਹੁੰਚ ਕੇ ਦੀਵਾਨ ਸਜਾਏ ਗਏ, ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ, ਸਤਿਗੁਰਾਂ ਦਾ ਪਾਵਣ ਪਵਿੱਤਰ ਹੁਕਮ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਸੇਵਕ ਪਰਿਵਾਰ ਵੱਲੋਂ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਪਦਾਰਥਵਾਦੀ ਮਾਹੌਲ ਦੇ ਵਿੱਚੋਂ ਕੀਮਤੀ ਸਮਾਂ ਕੱਢ ਇੱਥੇ ਪਹੁੰਚਕਾਰ ਪਰਿਵਾਰ ਦੇ ਨਾਲ ਇਸ ਸਮੇਂ ਦੇ ਦੌਰਾਨ ਦੁੱਖ ਜਿਹੜਾ ਇਹਨੂੰ ਸਾਂਝਾ ਕੀਤਾ ਹੈ। ਸੇਵਕ ਪਰਿਵਾਰ ਵੱਲੋਂ ਸਰਬਜੀਤ ਸਿੰਘ, ਸਰਬਜੀਤ, ਰਾਜ, ਕੁਲਦੀਪ ਅਤੇ ਨੀਟੂ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੇ ਬਹੁਤ ਸੇਵਾ ਬਜ਼ੁਰਗਾਂ ਦੀ ਕੀਤੀ ਹੈ। ਸੇਵਕ ਪਰਿਵਾਰ ਵੱਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂ, ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ ਕਿ ਸਾਰੇ ਸੰਤਰੇ ਲੰਗਰ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਸੇਵਕ ਪਰਿਵਾਰ ਵੱਲੋਂ ਭਾਈ ਘਨੱਈਆ ਜੀ ਹਾਲ ਦੇ ਵਿੱਚ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ। ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ। ਮੈਂ ਸਰਦਾਰ ਤਰਲੋਚਨ ਸਿੰਘ ਜੀ ਵਾਂਗਾ ਉਹਨਾਂ ਦੇ ਸਪੁੱਤਰ ਅਤਿ ਸਤਿਕਾਰਯੋਗ ਵੀਰ ਗੁਰਤੇਜ ਸਿੰਘ ਜੀ ਵਾਂਗਾ ਨੂੰ ਬੇਨਤੀ ਕਰਦਾ ਕਿ ਉਹ ਸਤਿਗੁਰਾਂ ਦੇ ਸਨਮੁੱਖ ਆ ਕੇ ਨਮਸਕਾਰ ਕਰਕੇ ਗੁਰੂ ਘਰ ਵੱਲੋਂ ਦਸਤਾਰ ਦੀ ਜੋ ਬਖਸ਼ਿਸ਼ ਦਿੱਤੀ ਜਾਣੀ ਹੈ ਉਹ ਪ੍ਰਾਪਤ ਕਰਨ। ਸਰਦਾਰ ਗੁਰਦੇਵ